ਪੰਜਾਬ ਦੇ ਸਾਬਕਾ ਖਜ਼ਾਨਾ ਮੰਤਰੀ ਅਤੇ ਲਹਿਰਾ ਗਾਗਾ ਦੇ ਵਿਧਾਇਕ ਪਰਮਿੰਦਰ ਸਿੰਘ ਢੀਂਡਸਾ ਨੇ ਕਾਂਗਰਸ ਦੇ 2 ਸਾਲ ਪੂਰੇ ਹੋਣ ਤੇ ਕਿਹਾ ਕਿ ਸਭ ਤੋਂ ਅਸਫਲ ਸਰਕਾਰ ਕਾਂਗਰਸ ਸਰਕਾਰ ਰਹੀ ਹੈ। ਉਹਨਾਂ ਦਾ ਕਹਿਣਾ ਹੈ ਕਿ ਇਹਨਾਂ ਦੇ ਰਾਜ ਵਿੱਚ ਹਰ ਇੱਕ ਵਰਗ ਦੁਖੀ ਹੈ। ਪਰਮਿੰਦਰ ਸਿੰਘ ਢੀਂਡਸਾ ਨੇ ਇਹ ਵੀ ਕਿਹਾ ਕਿ ਸਰਕਾਰ ਨੇ ਕੁਝ ਹਫ਼ਤਿਆਂ ਵਿੱਚ ਨਸ਼ਾ ਬੰਦ ਕਰਨ ਦਾ ਦਾਅਵਾ ਕੀਤਾ ਸੀ, ਲੇਕਿਨ ਇਸ ਦੇ ਉਲਟ ਨਸ਼ਾ ਹੁਣ ਪੰਜਾਬ ਵਿੱਚ ਆਨਲਾਈਨ ਵਿਕਣ ਲੱਗਾ ਹੈ। ਸਭ ਤੋਂ ਅਸਫਲ ਸਰਕਾਰ ਸਾਬਤ ਹੋਈ ਹੈ ਜਿਹੜੀ ਮੌਜੂਦਾ ਸਰਕਾਰ ਹੈ। ਇੱਕ ਵੀ ਲੋਕਾਂ ਨਾਲ ਕੀਤਾ ਵਾਅਦਾ ਪੂਰਾ ਨਹੀਂ ਕਰ ਸਕੇ, ਇੱਕ ਵੀ ਵਾਅਦਾ। ਸਮਾਂ ਜਿਹੜੇ ਫੈਸਲੇ ਕੀਤੇ ਨੇ ਉਹਦੇ ਨਾਲ ਕਿਸਾਨਾਂ ਦਾ ਵੀ ਨੁਕਸਾਨ ਹੋਇਆ। ਕਿਸਾਨਾਂ ਨੂੰ ਵਾਅਦਾ ਕਰਤਾ ਵੀ ਤੁਹਾਡੇ ਸਾਰਾ ਕਰਜ਼ਾ ਮਾਫ਼ ਕਰਾਂਗੇ, ਉਹਨਾਂ ਨੇ ਕਰਜ਼ਾ ਭਰਨਾ ਬੰਦ ਕਰਤਾ। ਬੈਂਕਾਂ ਨੇ ਉਹਨਾਂ ਨੂੰ ਕੁਰਕੀ ਦੇ ਨੋਟਿਸ ਕੱਢਤੇ, ਉਹਨਾਂ ਨੂੰ ਜੁਰਮਾਨਾ ਪਾ ਤੇ, ਅਤੇ ਜਿਹੜੀ ਜੁਰਮਾਨਿਆਂ ਦੀ ਰਕਮ ਹੈ ਜੇ ਤੁਸੀਂ ਉਹਨੂੰ ਜੋੜੋ ਜਿਨ੍ਹਾਂ ਨੇ ਕਰਜ਼ਾ ਮਾਫ਼ ਕੀਤਾ ਉਦੋਂ ਦੁੱਗਣੀ ਤਾਂ ਸਿਰਫ ਜੁਰਮਾਨਿਆਂ ਦੀ ਰਕਮ ਬਣਦੀ ਹੈ। ਫਿਰ ਕੀ ਇਹਨਾਂ ਨੇ ਲੋਕਾਂ ਦਾ ਫਾਇਦਾ ਕੀਤਾ? ਮੁਲਾਜ਼ਮਾਂ ਦੇ 4 DA ਦੀਆਂ ਕਿਸ਼ਤਾਂ, 5 DU ਹੋ ਗਿਆ ਸੀ, 1 ਦੇਤੀ, ਅੱਜ ਫਿਰ ਅੱਜ ਵੀ 4 ਕਿਸ਼ਤਾਂ ਜਿਹੜੀਆਂ DA ਦੀਆਂ ਡਿਊ ਨੇ। ਫਿਰ ਆਪਾਂ ਮਜ਼ਦੂਰ ਦੀ ਗੱਲ ਕਰੀਏ, ਦਲਿਤ ਦੀ ਗੱਲ ਕਰੀਏ, ਐਡੇ ਐਡੇ ਬਿੱਲ ਜਿਹੜੇ ਨੇ ਉਹਨਾਂ ਦੇ ਆ ਰਹੇ ਨੇ ਜਿਹੜੇ ਅਕਾਲੀ ਦਲ ਦੀ ਸਰਕਾਰ ਨੇ ਕਦੇ ਮਾਫ਼ ਕੀਤੇ ਸੀ। ਉਹਨਾਂ ਦੇ ਬੱਚਿਆਂ ਦੇ ਵਜ਼ੀਫੇ ਜਿਹੜੇ ਨੇ, ਗਰੀਬ ਪਰਿਵਾਰਾਂ ਦੇ ਬੱਚਿਆਂ ਦੇ ਵਜ਼ੀਫੇ ਬੰਦ ਕਰ ਦਿੱਤੇ ਗਏ ਨੇ, ਉਹਨਾਂ ਨਾਲ ਇੱਕ ਵੀ ਵਾਅਦਾ ਕੀਤਾ ਪੂਰਾ ਨਹੀਂ ਕੀਤਾ ਗਿਆ। ਸੋ ਕੋਈ ਵਰਗ ਐਸਾ ਨਹੀਂ ਜਿਹੜਾ ਸਰਕਾਰ ਤੋਂ ਸੰਤੁਸ਼ਟ ਹੋਵੇ। ਇਹ ਸਰਕਾਰ ਝੂਠੇ ਖੋਖਲੇ ਦਾਅਵੇ ਜੋ ਮਰਜ਼ੀ ਕਰੀ ਜਾਵੇ, ਪਰ ਸੱਚਾਈ ਇਹ ਹੈ ਵੀ ਇਹ ਸਰਕਾਰ ਬਿਲਕੁਲ 100% ਅਸਫਲ ਸਾਬਤ ਹੋਈ ਹੈ ਹੁਣ ਤੱਕ। ਨਸ਼ੇ ਦੇ ਮੁੱਦੇ 'ਤੇ ਜੇ ਆਪਾਂ ਗੱਲ ਕਰੀਏ, ਨਸ਼ੇ ਦੀ ਕਹਿੰਦੇ ਸੀ ਖਤਮ ਕਰ ਦਾਂਗੇ 4 ਹਫ਼ਤੇ ਦੇ ਵਿੱਚ, ਅਤੇ ਹੁਣ ਵੀ ਯਾਨੀ ਕਿ ਨਸ਼ਾ ਮਿਲ ਹੈ ਜਿਹੜੇ। ਦੇਖੋ ਗੱਲ ਇਹ ਹੈ, ਨਸ਼ਾ ਇੱਕ ਪੰਜਾਬ ਦੀ ਸਮੱਸਿਆ ਅਤੇ ਦੇਸ਼ ਵਿਆਪੀ ਅਤੇ ਵਿਸ਼ਵ ਵਿਆਪੀ ਸਮੱਸਿਆ ਹੈ। ਇਹਦੇ 'ਤੇ ਸਿਆਸਤ ਕਰਨਾ ਬੜੀ ਮਾੜੀ ਗੱਲ ਹੈ। ਕਾਂਗਰਸ ਨੇ ਅਤੇ ਆਮ ਆਦਮੀ ਪਾਰਟੀ ਨੇ ਪਿਛਲੀਆਂ ਚੋਣਾਂ ਦੇ ਵਿੱਚ, ਕਿਉਂਕਿ ਉਹਨਾਂ ਕੋਲ ਹੋਰ ਕੋਈ ਮੁੱਦਾ ਨਹੀਂ ਸੀ, ਉਹਨਾਂ ਨੇ ਨਸ਼ੇ ਨੂੰ ਇੱਕ ਮੁੱਦਾ ਬਣਾ ਕੇ ਇਹਨਾਂ 'ਤੇ ਸ਼੍ਰੋਮਣੀ ਅਕਾਲੀ ਦਲ ਨੂੰ ਬਦਨਾਮ ਕਰਨ ਦੀ ਕੋਸ਼ਿਸ਼ ਕੀਤੀ। ਪਰ ਅੱਜ ਤੁਸੀਂ ਕੱਲ੍ਹ ਪਰਸੋਂ ਹੀ ਦੇਖਿਆ ਹੋਣਾ ਸਟਿੰਗ ਓਪਰੇਸ਼ਨ ਸਿਮਰਜੀਤ ਸਿੰਘ ਬੈਂਸ ਨੇ ਦਿੱਤਾ, ਜਿਹੜਾ ਆਨਲਾਈਨ ਨਸ਼ਾ ਉਹਨਾਂ ਨੇ ਜਿਹੜਾ ਲਿਆ ਲੁਧਿਆਣੇ ਦੇ ਵਿੱਚੋਂ ਲਿਆ। ਤੋ ਇਹ ਸਾਬਤ ਕਰਦਾ ਹੈ ਵੀ ਨਸ਼ਾ ਅੱਜ ਪਹਿਲਾਂ ਨਾਲੋਂ ਵੀ ਵੱਧ ਵਿਕ ਰਿਹਾ, ਅਤੇ ਇਹ ਹੋ ਸਕਦਾ ਵੀ ਉਹਦਾ ਰੇਟ ਵੱਧ ਗਿਆ ਹੋਵੇ, ਪਰ ਉਸ ਤੋਂ ਵੱਧ ਵਿਕ ਰਿਹਾ। ਸੋ ਇਸ 'ਤੇ ਸਾਨੂੰ ਇੱਕ ਦੂਜੇ ਨੂੰ ਟਾਰਗੇਟ ਕਰਨ ਦੀ ਬਜਾਏ, ਇੱਕ ਦੂਜੇ ਨੂੰ ਨਿਸ਼ਾਨਾ ਬਣਾਉਣ ਦੀ ਬਜਾਏ, ਸਾਰੀਆਂ ਪਾਰਟੀਆਂ ਨੂੰ ਬੈਠ ਕੇ ਸਿਰ ਜੋੜ ਕੇ ਯਤਨ ਕਰਨ ਦੀ ਲੋੜ ਹੈ।